ਸੜਕ ਦੇ ਉੱਤੇ ਕਤਲ ਹੋਏ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਜਿੱਥੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਤਾਂ ਉੱਥੇ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ। ਦਰਅਸਲ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪੁਲਿਸ ਸਟੇਸ਼ਨ ਗੋਇੰਦਵਾਲ ਸਾਹਿਬ ਦੇ ਪਿੰਡ ਜਾਮਾਰਾਈ ਦੇ ਨੇੜੇ ਕੋਟ ਮੁਹੰਮਦ ਖਾਨ ਦੀ ਸੜਕ ਦੇ ਉੱਤੇ ਇੱਕ ਵਿਅਕਤੀ ਦੀ ਲਾਸ਼ ਵੇਖੀ ਗਈ। ਮ੍ਰਿਤਕ ਦੀ ਪਹਿਚਾਣ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਜਿਸਦੀ ਕਿ ਉਮਰ 30 ਸਾਲ ਹੈ ਉਸ ਵਜੋਂ ਹੋਈ ਹੈ। ਪੁਲਿਸ ਨੂੰ ਲੋਕਾਂ ਨੇ ਸੂਚਿਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਲੋਕਾਂ ਦੇ ਵੱਲੋਂ ਹਮਲਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਮੌਕੇ ਉੱਤੇ ਪਹੁੰਚੀ ਪੁਲਿਸ ਆਪਣੇ ਪੱਧਰ ਉੱਤੇ ਕਾਰਵਾਈ ਕਰ ਰਹੀ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮੇਰਾ ਨਾਮ ਜਗਜੀਤ ਸਿੰਘ, ਪਿੰਡ ਘੜਕਾ, ਤਹਿਸੀਲ ਤੇ ਜ਼ਿਲ੍ਹਾ ਤਰਨ ਤਾਰਨ। ਮੇਰਾ ਬ੍ਰਦਰ ਮੇਰੇ ਤੋਂ ਵੱਡਾ ਗੁਰਮੀਤ ਸਿੰਘ, ਕੀ ਕੰਮ ਕਰਦਾ ਜੀ? ਇਹ ਡਰਾਈਵਰੀ ਕਰਦਾ ਸੀ, ਪ੍ਰਾਈਵੇਟ ਲੱਗਾ ਸੀ ਇੱਥੇ ਤਰਨ ਤਾਰਨ ਡੀਪੂ 'ਚ, ਅਤੇ ਉੱਧਰ ਨੂੰ ਚੱਲਦਾ ਹਿਮਾਚਲ ਨੂੰ। ਅੱਛਾ, ਅਤੇ ਕਿੱਦਾਂ ਇਹ ਪਤਾ ਲੱਗਾ ਕਿ ਕਤਲ ਦੀ ਵਜ੍ਹਾ? ਵਜ੍ਹਾ ਸਾਡੇ ਨੇ ਪਹਿਲਾਂ ਡੈਡੀ ਦਾ ਕਤਲ ਹੋਇਆ 19 'ਚ, ਪੰਚਾਇਤ 'ਤੇ ਪਰਚਾ ਸੀ, ਅਤੇ ਉਹ ਸਾਡੇ 'ਤੇ ਕਾਫੀ ਦਬਾਅ ਬਣਾਉਂਦੇ ਸੀ ਵੀ ਰਾਜੀਨਾਮਾ ਕਰ ਲਓ। ਇਹ ਉਹਨਾਂ ਨੇ ਸਾਡੇ 'ਤੇ ਪਰਚਾ ਕਰਾਇਆ ਉੱਧਰ, ਹੁਣ ਥੋੜ੍ਹੇ ਪਹਿਲਾਂ 6 ਮਹੀਨੇ ਵੀ ਰਾਜੀਨਾਮਾ ਕਰ ਲਓ, ਅਤੇ ਉਹੀ ਅਸੀਂ ਕੀਤਾ ਨਹੀਂ, ਵੀ ਪਰਚਾ ਝੂਠਾ ਕਰਾਇਆ ਸਾਡੇ 'ਤੇ। ਬਾਅਦ 'ਚ ਇੱਥੇ ਇਨਕੁਆਇਰੀ ਚੱਲਦੀ ਉਹ ਸਰਪੰਚ ਮਨਦੀਪ ਸਿੰਘ ਦੇ ਖਿਲਾਫ ਮੇਰੇ ਵੱਲੋਂ, ਉੱਥੇ ਵੀ ਉਹਨੇ ਮੈਨੂੰ ਧਮਕੀਆਂ ਦਿੱਤੀਆਂ, ਉਹਨਾਂ ਨੇ ਨਜਾਇਜ਼ ਪੈਸੇ ਖਾਧੇ ਪਿੰਡ ਦੇ ਨਰੇਗਾ ਦੇ। ਕੀ ਮੰਗ ਕਰਦੇ? ਇਨਸਾਫ ਦੀ ਮੰਗ ਕਰਦੇ ਹਾਂ ਵੀ ਸਖ਼ਤ ਤੋਂ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ, ਅਤੇ ਜਾਂਚ ਪੂਰੀ ਮੁਕੰਮਲ ਕਰਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਇੱਥੇ ਅੱਜ ਇੱਕ ਮੌਕੇ 'ਤੇ ਆਏ ਹਾਂ ਜੀ, ਇੱਥੇ ਸਾਨੂੰ ਮੈਸੇਜ ਆਇਆ ਵੀ ਇੱਥੇ ਕਿਸੇ ਦਾ ਜਿਹੜਾ ਵਾ ਮਰਡਰ ਹੋ ਗਿਆ ਵਾ। ਜਦੋਂ ਮੌਕੇ 'ਤੇ ਆ ਕੇ ਦੇਖਿਆ ਤਾਂ ਇੱਥੇ ਬੰਦਾ ਇੱਕ ਜਿਹੜਾ ਵਾ ਕਿਰਚੋ ਵੱਜੀ ਸੀ ਉਹਦੇ, ਅਤੇ ਉਹ ਮ੍ਰਿਤਕ ਪਿਆ ਸੀਗਾ। ਠੀਕ ਆ, ਇੱਥੇ ਮੌਕੇ 'ਤੇ ਪਹੁੰਚ ਕੇ ਹੁਣ ਜਿਹੜੀ ਆ ਤਸਦੀਕ ਕਰ ਰਹੇ ਹਾਂ, ਜੋ ਵੀ ਹਾਲਾਤ ਪਾਏ ਗਏ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ 'ਚ ਲਿਆਉਂਦੀ ਜੀ। ਪਰਿਵਾਰ ਵੱਲੋਂ ਤਾਂ ਇੱਕ ਤੱਕ ਨਾਂ ਲਿਆ ਜਾ ਰਿਹਾ ਵੀ ਸਾਨੂੰ ਇਹਨੇ ਧਮਕੀਆਂ ਦਿੱਤੀਆਂ ਸੀਗੀਆਂ। ਦੇਖੋ ਜੀ, ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ, ਇਹ ਤਫਤੀਸ਼ ਕਰ ਰਹੇ ਹਾਂ, ਤਫਤੀਸ਼ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਹਦੇ ਮੁਤਾਬਕ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਸਤਨਾਮ ਸਿੰਘ ਸਾਹਿਬ ਜੀ, ਕੋਈ ਘੜਕਾ ਜੀ, ਕੀ ਗੱਲਬਾਤ ਹੋਈ ਆ ਜੀ? ਸਰ, ਸਾਨੂੰ ਤਾਂ ਇਸ ਤਰ੍ਹਾਂ ਫੋਨ ਕਿਸੇ ਕੀਤਾ ਵੀ ਘੜਕੇ ਦਾ ਮੁੰਡਾ ਆਹ ਗੱਲਬਾਤ ਹੋ ਗਈ ਆ, ਅਤੇ ਉੱਥੇ ਇੰਸੀਡੈਂਟ ਹੋ ਗਿਆ, ਕੀ ਗੱਲ ਹੋਈ ਆ? ਅਸੀਂ ਜਦੋਂ ਆਏ ਅਤੇ ਇਹਦੇ ਵੇਖਿਆ ਤਾਂ ਦਿਲ ਦੇ ਵਿੱਚ ਸੁਰੀਆਂ ਵੱਜੀਆਂ, ਅਤੇ ਮੰਗਾਂ ਇਹਦੇ ਸਿੱਧੇ ਨਾਂ ਦਾ ਪਤਾ ਨਹੀਂ ਜੀ। ਰੋਡਵੇਜ਼ ਦੇ ਵਿੱਚ ਡਰਾਈਵਰੀ ਕਰਦਾ ਸੀ, ਪੰਜਾਬ ਰੋਡਵੇਜ਼ ਜੀ, ਉੱਥੇ ਬੱਸ ਲਾ ਕੇ ਫਿਰ ਸਿੱਧਾ ਕਿਤੇ ਇਹਨੂੰ ਆਉਣ ਡਿਆ, ਅਤੇ ਇੱਥੇ ਆਣ ਕੇ ਆਹ ਕੰਮ ਹੋ ਗਿਆ। ਕੀ ਕੰਮ ਹੋਇਆ? ਇਹੋ ਕਰਜ਼ਿਆਂ ਵੱਜੀਆਂ ਅਤੇ ਇਹਦੀ ਮੌਕੇ 'ਤੇ ਮੌਤ ਹੋਈ ਆ ਜੀ। ਕਿਹੜੀ ਜਗ੍ਹਾ ਜੀ? ਆਹ ਕੋਟ ਪਿੰਡ ਪੈਂਦਾ ਜੀ। ਕੀ ਲੱਗਦਾ ਤੁਹਾਨੂੰ? ਸਾਨੂੰ ਇਹੋ ਲੱਗਦਾ ਵੀ ਸਾਨੂੰ ਪਹਿਲੋਂ ਸਾਡੇ ਦੇ ਇਹਦੇ ਭਰਾ ਦੇ ਮਿਰਤੇ ਇਹਨਾਂ ਕਪੂਰਥਲਾ ਜ਼ਿਲ੍ਹੇ ਦੇ ਨਜਾਇਜ਼ ਪਰਚਾ ਕਰਾਤਾ ਜੀ, ਇਹਦੇ ਉਹ 302 ਦਾ ਰਾਜੀਨਾਮਾ ਕਰ ਲਓ, ਜੋ ਇਹਦੇ ਡੈਡੀ ਅੱਜ ਤੋਂ 4-5 ਸਾਲ ਪਹਿਲੋਂ ਘੜਕੇ ਵਾਲੀ ਪੰਚਾਇਤ ਮਨਦੀਪ ਸਿੰਘ ਨੇ ਇਹਦੀ ਮੌਤ ਕਰਤੀ ਇਹਦੇ ਡੈਡੀ ਦੀ ਜੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ ਵੀ ਉਹ ਜਿਹੜੇ ਕਾਤਲ ਨੰਗੇ ਹੋਣੇ ਚਾਹੀਦੇ ਆ, ਅਤੇ ਮਨਦੀਪ ਹੁਣ ਜਦੋਂ ਇਹਦਾ ਪਿਓ ਮਾਰਿਆ ਅਤੇ ਇਹਨਾਂ ਮੁੜ ਕੇ ਸਾਨੂੰ ਆਖਿਆ ਜੇ ਨਹੀਂ ਰਾਜੀਨਾਮਾ ਕਰਨਾ ਤਾਂ ਅਸੀਂ ਤੁਹਾਡਾ ਫਿਰ ਬੰਦਾ ਮਾਰ ਦੇਣਾ। ਤੁਹਾਨੂੰ ਸਾਨੂੰ ਕੀ ਸ਼ੱਕ? ਸਾਨੂੰ ਉਹਨਾਂ ਦੇ ਹੋਰ ਸਾਡਾ ਕਿਸੇ ਨਾਲ ਵੈਰ ਨਹੀਂ, ਦੁੱਖ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ।